ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਉੱਤੇ ਪਲਟਵਾਰ ਹੋਣੇ ਸ਼ੁਰੂ ਹੋ ਗਏ ਨੇ। ਪੰਜਾਬ ਕਾਂਗਰਸ ਦੇ ਕਿਸਾਨ ਸੈੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਜੀਰਾ ਨੇ ਸੁਖਬੀਰ ਬਾਦਲ ਦੇ ਦਾਅਵਿਆਂ ਉੱਤੇ ਕੀ ਪਲਟਵਾਰ ਕੀਤੇ, ਆਓ ਜਾਣਦੇ ਹਾਂ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਗਰਮਾਉਂਦੀ ਜਾ ਰਹੀ ਹੈ। ਬੀਤੇ ਦਿਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਪੰਜਾਬ ਦੇ ਅੰਦਰ ਸੜਕਾਂ ਦਾ ਜਾਲ ਵਿਛਾ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਦੇ ਇਹਨਾਂ ਬਿਆਨਾਂ ਤੇ ਪਲਟਵਾਰ ਕੀਤਾ ਹੈ ਪੰਜਾਬ ਕਾਂਗਰਸ ਕਿਸਾਨ ਸੈੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਜ਼ੀਰਾ ਨੇ। ਉਹਨਾਂ ਸੁਖਬੀਰ ਬਾਦਲ ਦੇ ਬਿਆਨ ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਝੂਠ ਬੋਲਣ 'ਚ PhD ਕੀਤੀ ਹੋਈ ਹੈ। ਅਸੀਂ ਜੋ ਕਹਿੰਦੇ ਹਾਂ ਕੀਤਾ, ਅਸੀਂ ਤੁਹਾਨੂੰ ਜੋ ਵਾਅਦਾ ਕੀਤਾ ਲਿਸਟ ਦੇਖ ਲਓ। ਹੁਣ ਸੜਕਾਂ ਦੀ ਗੱਲ, ਜਿੰਨੇ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਮੈਂ ਕਿਹਾ ਸਾਰੀਆਂ ਸੜਕਾਂ ਚੌੜੀਆਂ ਕਰ ਦੂੰਗਾ, 4 ਤੇ 6 ਲੇਨ ਜੇ ਇੱਥੋਂ ਤੁਸੀਂ ਬਠਿੰਡੇ ਜਾਣਾ ਹੋਏ, ਜੇ ਅੱਜ 3 ਘੰਟੇ ਲੱਗਦੇ ਆ, 1 ਸਾਲ ਬਾਅਦ ਤੁਸੀਂ ਮਤਲਬ ਘੰਟਾ ਸਵਾ ਘੰਟੇ 'ਚ ਪਹੁੰਚ ਜਾ ਕਰੋਗੇ। ਮੈਂ ਕਿਹਾ ਇਹ ਜਿਹੀਆਂ ਸੜਕਾਂ ਬਣਾ ਦਊ ਭਾਵੇਂ ਬੰਬ ਸਿੱਟ ਦੇ, ਟੁੱਟਦੀਆਂ ਨਹੀਂ। ਤੇ ਉਦੋਂ ਤੁਸੀਂ ਉਦੋਂ ਕਈ ਅਖਬਾਰ ਆਮ ਆਦਮੀ ਟੋਪੀ ਕਹਿਣ ਲੱਗੇ, ਮਖੌਲ ਕਰਨ ਲੱਗੇ ਜੀ ਬੰਬ ਸਿੱਟ ਕੇ ਵੀ ਸੁਖਬੀਰ ਮਖੌਲ ਕਰਦਾ। ਆ ਜਾ ਕੇ ਦੇਖੋ ਤੁਹਾਡੇ ਤਰਨ ਤਾਰਨ ਕੋਲ ਸੜਕ ਪਾਉਂਦੀ, ਇੱਧਰ ਬਠਿੰਡੇ ਜਾ ਕੇ ਦੇਖੋ ਐਡੀ ਸੀਮੈਂਟ ਹੈ, ਨਾਲ ਸਰੀਆ ਆਟੋਮੈਟਿਕ ਹੈ। ਮੈਂ ਤਾਂ ਮੈਂ ਕਹਿੰਦਾ ਮੈਂ ਅੱਜ ਤੱਕ ਜੋ ਕਿਹਾ ਪੂਰਾ ਕੀਤਾ ਹੈ। ਉਹ ਬੱਸ ਵੀ ਪਾਣੀ ਵਾਲੀ ਆਉਣ ਵਾਲੀ ਹੈ, 3 ਮਹੀਨੇ ਰਹਿ ਗਏ, 3 ਮਹੀਨੇ ਜਿਸ ਨੇ 3 ਮਹੀਨੇ 2 ਮਹੀਨੇ 'ਚ ਆ ਜਾਊਗੀ। ਮੈਂ ਸਭ ਤੋਂ ਵੱਧ ਕਾਂਗਰਸੀ ਨੂੰ ਬਿਠਾ ਕੇ ਉਹਨਾਂ ਅੰਦਰ ਟੋਪ ਕੇ ਆਊਂਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ PhD ਕੀਤੀ ਸੀ ਝੂਠ ਬੋਲਣ ਦੀ, ਅਤੇ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਡਬਲ PhD ਕਰਾ ਦਿੱਤੀ। ਇਹ ਸਭ ਨੂੰ ਪਤਾ ਹੈ ਕਿ ਜਿਹੜੀਆਂ ਹਾਈਵੇ ਨੈਸ਼ਨਲ ਸੜਕਾਂ ਨੇ ਇਹਦਾ ਪੰਜਾਬ ਸਰਕਾਰ ਨਾਲ ਕੋਈ ਸੰਬੰਧ ਨਹੀਂ। ਇਹ ਪ੍ਰੋਜੈਕਟ ਦਿੰਦੇ ਨੇ ਸਰਦਾਰ ਮਨਮੋਹਨ ਸਿੰਘ ਜੀ ਦੇ ਸਮੇਂ ਮਨਜ਼ੂਰ ਹੋਏ, ਉਹਨਾਂ ਦੇ ਪੈਸੇ ਦਿੱਤੇ ਗਏ। ਇੱਕ ਵੀ ਸੜਕ ਦੇ ਪੈਸੇ ਨਾ ਤਾਂ ਹੁਣ ਸੈਂਟਰ ਦੀ ਇਹਨਾਂ ਦੀ ਸਰਕਾਰ ਮੋਦੀ ਜੀ ਨੇ ਦਿੱਤੇ ਨੇ, ਨਾ ਕੋਈ ਨਵਾਂ ਪ੍ਰੋਜੈਕਟ ਆਇਆ। ਆਹ 6 ਮਹੀਨੇ ਖੈਰ ਜੋ ਇਹਨਾਂ ਦੀ ਬੇੜੀ ਆਪਣੇ ਆਪ ਹੀ ਡੁੱਬ ਜਾਣੀ ਹੈ। ਸੁਖਬੀਰ ਸਿੰਘ ਬਾਦਲ ਨੂੰ ਬਾਦਲ ਸਾਹਿਬ ਨੇ ਬਹੁਤ ਵੱਡੀ ਟ੍ਰੇਨਿੰਗ ਕਰਾਈ ਹੋਈ ਹੈ। ਇੱਕ ਗੱਲ ਬੜੀ ਮਸ਼ਹੂਰ ਸੀ ਬਾਦਲ ਸਾਹਿਬ ਲਈ ਕਿ ਜਿਹਨੂੰ ਉਹ ਕਹਿੰਦੇ ਮੈਂ ਤੇਰਾ ਬਹੁਤ ਵੱਡਾ ਸਤਿਕਾਰ ਕਰਦਾ, ਅਤੇ ਉਹਦਾ ਸੰਸਕਾਰ ਕਰ ਦਿੰਦੇ ਸੀ। ਅਤੇ ਹੁਣ ਜਿਹੜੀਆਂ ਚਾਲਾਂ ਨੇ ਇਹਦੇ ਕੋਲ ਸੁਖਬੀਰ ਨੂੰ ਦੁੱਗਣੀਆਂ ਸਿਖਾਈਆਂ ਨੇ, ਕੋਈ ਨਾ ਕੋਈ ਨਵਾਂ ਸ਼ੋਸ਼ਾ ਨਵੀਂ ਗੱਲ ਉਹਨਾਂ ਚਿਹਰੇ ਕਰਦਾ। ਦਰਅਸਲ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ 'ਚ ਸੜਕਾਂ ਇੰਨੀਆਂ ਮਜ਼ਬੂਤ ਬਣਾਉਣ ਦੀ ਗੱਲ ਆਖੀ ਗਈ ਸੀ ਕਿ ਉਹ ਬੰਬ ਮਾਰੇ ਵੀ ਨਹੀਂ ਟੁੱਟਣਗੀਆਂ, ਪਰ ਪੰਜਾਬ ਦੀਆਂ ਸੜਕਾਂ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ। ਇੰਦਰਜੀਤ ਸਿੰਘ ਜ਼ੀਰਾ ਨੇ ਸੁਖਬੀਰ ਬਾਦਲ ਨੂੰ ਇਸ ਮਾਮਲੇ 'ਚ ਪ੍ਰੈਕਟੀਕਲ ਕਰਨ ਤੋਂ ਬਾਅਦ ਹੀ ਕੁਝ ਬੋਲਣ ਦੀ ਸਲਾਹ ਦਿੱਤੀ। ਦੇਖੋ ਜੀ, ਗੱਲ ਤਾਂ ਇਹ ਆ, ਉਹ ਬੱਚਿਆਂ ਵਾਲੀਆਂ ਗੱਲਾਂ ਜਾਂ ਪਾਗਲਾਂ ਵਾਲੀਆਂ ਗੱਲਾਂ ਕਹਿ ਲਓ ਜਾਂ ਨਸ਼ਈਆਂ ਵਾਲੀਆਂ ਗੱਲਾਂ ਕਹਿ ਲਓ, ਇਹ ਗੱਲਾਂ ਨੇ। ਬੰਬ ਤਾਂ ਜਿੱਥੇ ਡਿੱਗ ਪਏ ਉੱਥੇ ਲੱਭਦਾ ਹੀ ਕੁਛ ਨਹੀਂ, ਸੜਕਾਂ 'ਤੇ ਕਿਤੇ ਗੱਲ ਰਹਿ ਗਈ। ਸੜਕਾਂ ਕੇ ਵੇਖੀਆਂ ਨੇ, ਇਹਨੂੰ ਤੁਸੀਂ ਪਿੰਡਾਂ 'ਚ ਜਾਂਦੇ ਹੋ ਅਤੇ ਥਾਂ ਥਾਂ ਟੁੱਟੀਆਂ ਪਈਆਂ ਨੇ। ਜਿਹੜੀਆਂ ਸੜਕਾਂ ਬਣਦੀਆਂ ਨੇ 6 ਮਹੀਨੇ ਬਾਅਦ, ਉਹ ਸੜਕਾਂ ਜਿਹੜੀਆਂ ਨੇ ਉਹ ਜਿਹੜਾ ਇਹਨਾਂ ਦਾ ਸੜਕਾਂ ਦੇ ਠੇਕੇਦਾਰ ਨੇ ਉਹਨਾਂ ਕੋਲੋਂ ਇਹਨਾਂ ਨੇ ਆਪਦੇ ਪੈਸੇ ਲੈ ਲੈਣੇ ਹੁੰਦੇ ਨੇ, ਚਾਹੇ ਸੈਂਟਰ ਸਰਕਾਰ ਦੇ ਪੈਸੇ ਹੋਣ ਅਤੇ ਚਾਹੇ ਪੰਜਾਬ ਸਰਕਾਰ ਦੇ ਹੋਣ। ਜੇ ਉਹ 80-90% ਸੜਕ 'ਤੇ ਲਾ ਦੇਣ ਤਾਂ ਸੜਕ ਠੀਕ ਹੈ, ਅਸੀਂ ਕਹਿ ਸਕਦੇ ਹਾਂ ਕਿ 5 ਸਾਲ ਨਹੀਂ ਟੁੱਟੇਗੀ, ਪਰ ਇਹਦੇ 6 ਮਹੀਨੇ ਬਾਅਦ ਹੀ ਸੜਕ ਟੁੱਟ ਜਾਂਦੀ ਹੈ। ਉਧਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪਾਣੀ ਦੀਆਂ ਬੱਸਾਂ 'ਚ ਕਾਂਗਰਸੀਆਂ ਨੂੰ ਡੁਬਾਉਣ ਦੀ ਟਿੱਪਣੀ ਕੀਤੀ ਗਈ ਸੀ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਬਾਅਦ ਵਿੱਚ ਇਹ ਜ਼ਰੂਰ ਕਹਿ ਦਿੱਤਾ ਸੀ ਕਿ ਉਹਨਾਂ ਨੇ ਮਜ਼ਾਕੀ ਅੰਦਾਜ਼ 'ਚ ਕਿਹਾ ਹੈ, ਪਰ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ 'ਤੇ ਚੁਟਕੀ ਲਈ ਇੰਦਰਜੀਤ ਸਿੰਘ ਜ਼ੀਰਾ ਨੇ ਅਤੇ ਕਿਹਾ ਕਿ ਪਾਣੀ ਵਾਲੀ ਬੱਸ 'ਚ ਸਭ ਤੋਂ ਪਹਿਲਾਂ ਤਾਂ ਸੁਖਬੀਰ ਸਿੰਘ ਬਾਦਲ ਹੀ ਬੈਠਣਗੇ। ਬੱਸ ਚਲਾਈ ਜਾਏਗੀ ਅੰਮ੍ਰਿਤਸਰ ਤੋਂ ਹਰੀਕਿਆਂ ਤੱਕ। ਕਦੀ ਵੀ ਜ਼ਿੰਦਗੀ ਦੇ ਵਿੱਚ ਜਾਂ ਇਹ ਜਿਹੜੀ ਨਹਿਰ ਉਹ ਬਣ ਹੀ ਨਹੀਂ ਸਕਦੀ, ਨਹਿਰ ਹੀ ਨਹੀਂ ਬਣ ਸਕਦੀ। ਗਾਂ ਜਿਹੜੀ ਅੱਗੇ ਹਰੀ ਕੇ ਹੈਡ 'ਚ ਤਾਰਨੀ ਹੈ ਬੱਸ, ਉਹ ਇਹ ਸਮਝ ਨਹੀਂ ਆਉਂਦੀ ਕਿ ਪਹਿਲਾਂ ਤਾਂ ਸੁਖਬੀਰ ਸਿੰਘ ਬਾਦਲ ਹੀ ਉਹਦੇ 'ਚ ਬਹਿਣਗੇ, ਹੋਰ ਤਾਂ ਸ਼ਾਇਦ ਕੋਈ ਨਾ ਬੈਠੇ, ਇਕੱਲੇ ਬਹਿਣਗੇ। ਇਹ ਵੈਸੇ ਹੀ ਇਹਨਾਂ ਕੌਮ ਦੀ, ਪੰਥ ਦੀ, ਸਮਾਜ ਦੀ, ਪੰਜਾਬ ਦੀ ਬੇੜੀ ਜਿਹੜੀ ਡੋਬ ਦਿੱਤੀ ਹੈ, ਅਤੇ ਹੁਣ ਉਹ ਘਬਰਾਹਟ ਹੈ ਉਹਦੇ 'ਤੇ, ਇਹ ਬੜੀ ਵੱਡੀ, ਜਦੋਂ ਵੀ ਬੋਲਦਾ ਉਦੋਂ ਘਬਰਾਹਟ 'ਚ ਬੋਲਦਾ। ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਤੋਂ ਬਾਅਦ ਇੰਦਰਜੀਤ ਸਿੰਘ ਜ਼ੀਰਾ ਦੇ ਵੱਲੋਂ ਉਹਨਾਂ ਨੂੰ ਸੱਚਾਈ ਤੋਂ ਵਾਕਫ ਹੋਣ ਦੀ ਸਲਾਹ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੋਏਗਾ ਕਿ ਸੁਖਬੀਰ ਸਿੰਘ ਬਾਦਲ ਇੰਦਰਜੀਤ ਸਿੰਘ ਜ਼ੀਰਾ ਵੱਲੋਂ ਲਗਾਏ ਇਹਨਾਂ ਇਲਜ਼ਾਮਾਂ ਦਾ ਜਵਾਬ ਕਿਸ ਅੰਦਾਜ਼ 'ਚ ਦਿੰਦੇ ਨੇ।
ਨਿਊਜ਼ ਡੈਸਕ ਤੋਂ ਅਰਸ਼ਦੀਪ ਸਿੰਘ ਦੇ ਨਾਲ ਸਚਿਨ ਕੁਮਾਰ ਗਲੋਬਲ ਪੰਜਾਬ ਟੀਵੀ ਤਰਨ ਤਾਰਨ।